ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਐਸਟੀਐਫ ਤਰਨ ਤਾਰਨ ਨੇ ਦੌਰਾਨੇ ਗਸ਼ਤ ਦੋ ਵਿਅਕਤੀਆਂ ਨੂੰ 750 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸਟੀਐਫ ਦੇ ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਕਿ ਐਸਟੀਐਫ ਦੇ ਹੋਰ ਅਧਿਕਾਰੀ ਪਿੰਡ ਚੁਤਾਲਾ ਦੇ ਕੋਲ ਗਸ਼ਤ ਕਰ ਰਹੇ ਸੀ। ਗਸ਼ਤ ਦੌਰਾਨ ਦੋ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਤਰਨ ਤਾਰਨ ਵਾਲੀ ਸਾਈਟ ਤੋਂ ਆ ਰਹੇ ਸੀ, ਜਿਨ੍ਹਾਂ ਨੂੰ ਰੋਕਿਆ ਤਾਂ ਇਹਨਾਂ ਦੀ ਤਲਾਸ਼ੀ ਦੌਰਾਨ ਇਹਨਾਂ ਪਾਸੋਂ ਇੱਕ ਲਿਫਾਫਾ ਬਰਾਮਦ ਹੋਇਆ। ਲਿਫਾਫੇ ਵਿੱਚੋਂ 750 ਗ੍ਰਾਮ ਅਫੀਮ ਬਰਾਮਦ ਹੋਈ। ਉਹਨਾਂ ਨੇ ਕਿਹਾ ਕਿ ਇਹਨਾਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹਨਾਂ ਪਾਸੋਂ ਹੋਰ ਸੁਰਾਗ ਬਰਾਮਦ ਕਰਨ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ। ਕੀ ਮਾਮਲਾ ਹੈਗਾ ਜੀ, ਕੀ ਫੜਿਆ ਗਿਆ ਵਾ, ਕਿੰਨੇ? ਮਾਨਯੋਗ ਏਜੀ ਸਾਹਿਬ ਸਰਦਾਰ ਰਸਪਾਲ ਸਿੰਘ, ਐਸਟੀਐਫ ਬਾਰਡਰ ਰੇਂਜ, ਸ੍ਰੀ ਕਿਰਪਾਲ ਸਿੰਘ ਡੀਐਸਪੀ ਐਸਟੀਐਫ ਤਰਨ ਤਾਰਨ ਦੀਆਂ ਹਦਾਇਤਾਂ 'ਤੇ ਕੱਲ੍ਹ ਮੈਂ ਸਮੇਤ ਪੁਲਿਸ ਪਾਰਟੀ ਪੱਟੀ ਮੋੜ ਨੂੰ ਨਸ਼ਿਆਂ ਖਿਲਾਫ਼ ਮਿਲ ਦੇ ਸੰਬੰਧ ਜਾ ਰਹੇ ਸੀ। ਚੁਤਾਲਾ ਮੋੜ ਦੇ ਕੋਲ ਜਦੋਂ ਅਸੀਂ ਪਹੁੰਚੇ ਤਾਂ ਮੋਟਰਸਾਈਕਲ 'ਤੇ ਦੋ ਮੋਨੇ ਜਵਾਨ ਦਿਖਾਈ ਦਿੱਤੇ, ਜੋ ਪੁਲਿਸ ਪਾਰਟੀ ਨੂੰ ਵੇਖ ਕੇ ਇੱਕਦਮ ਮੋਟਰਸਾਈਕਲ ਮੋੜ ਕੇ ਭੱਜਣ ਲੱਗੇ, ਜਿਨ੍ਹਾਂ ਨੂੰ ਮੈਂ ਆਪਣੀ ਪਾਰਟੀ ਨਾਲ ਕਾਬੂ ਕਰਕੇ ਅਤੇ ਜਦੋਂ ਤਲਾਸ਼ੀ ਲਈ ਤਾਂ ਇਹਨਾਂ ਪਾਸੋਂ ਮੋਮੀ ਲਿਫਾਫੇ 'ਚ ਲਪੇਟੀ ਹੋਈ ਫੀਮ ਬਰਾਮਦ ਹੋਈ ਅਤੇ ਜਿਹਦਾ ਵੇਟ ਕੀਤਾ ਅਤੇ 1.25 ਕਿਲੋ ਫੀਮ ਹੋਈ। ਇਹਨਾਂ ਨੇ ਫਿਰ ਪੁੱਛਗਿੱਛ 'ਤੇ ਆਪਣਾ ਨਾਮ, ਇੱਕ ਨੇ ਆਪਣਾ ਨਾਮ ਫੁੰਮਣ ਸਿੰਘ ਵਾਸੀ ਪਿੰਡ ਕੈਰਮ, ਦੂਜੇ ਨੇ ਹਰਦੀਪ ਸਿੰਘ ਦੀਪਾ ਵਾਸੀ ਪਿੰਡ ਕੈਰਮ ਦੱਸਿਆ ਅਤੇ ਕਰੀਬ 5-6 ਮਹੀਨੇ ਤੋਂ ਇਹ ਜਿਹੜਾ ਫੀਮ ਦਾ ਧੰਦਾ ਕਰ ਰਹੇ ਆ। ਇਹ ਮਨੀਪੁਰ ਸਾਈਡ ਤੋਂ ਇਹਨਾਂ ਦੱਸਿਆ ਵੀ ਨਾਗਾਲੈਂਡ ਮਨੀਪੁਰੋਂ ਉੱਧਰੋਂ ਲਿਆ ਕੇ ਅਤੇ ਇੱਥੇ ਫਿਰ ਆਣ ਕੇ ਅਸੀਂ ਮਤਲਬ ਵੇਚਦੇ ਹਾਂ। ਅਜੇ ਅਸੀਂ ਪਤਾ ਲਾ ਰਹੇ ਹਾਂ ਕਿੱਥੇ ਕਿੱਥੇ ਦਿੰਦੇ ਆ, ਫਿਰ ਉਸ ਹਿਸਾਬ ਨਾਲ ਉਹਨਾਂ ਦੇ ਖਿਲਾਫ਼ ਕਾਰਵਾਈ ਕਰਾਂਗੇ। FIR ਨੰਬਰ ਦਰਜ ਕੀਤੀ ਅਸੀਂ 234, ਮਿਤੀ 20/9/18, 18/85, ਥਾਣਾ ਸਦਰ ਤਰਨ ਤਾਰਨ। ਸਰ ਇਹਨਾਂ ਦੇ ਪਹਿਲੇ ਕੋਈ ਐਂਟੀਕ੍ਰੈਸ ਦੇ ਕੋਈ ਮਾਮਲਾ ਦਰਜ ਹੈਗੇ ਨੇ? ਫਿਲਹਾਲ ਅਸੀਂ ਪਤਾ ਕੀ ਇਹਨਾਂ ਦੇ ਖਿਲਾਫ਼ ਪਹਿਲਾਂ ਕੋਈ FIR ਦਰਜ ਨਹੀਂ ਆਈ, ਦਰਜ ਨਹੀਂ ਹੋਈ। ਤਰਨ ਤਾਰਨ ਤੋਂ ਅਮਨਦੀਪ ਮਨਚੰਦਾ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।